ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਾਵਾਹਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਫੱਕੜਸਰ ਵਿੱਚ ਗੁਰਪਾਲ ਸਿੰਘ ਗੋਰਾ ਦੇ ਘਰ ਪਹੁੰਚ ਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਨਿਕੰਮੀ ਸਰਕਾਰ ਦੱਸਦੇ ਹੋਏ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਜੋ ਪੰਜਾਬ ਵਿੱਚ ਚੱਲ ਰਹੀ ਹੈ ਪੂਰੀ ਤਰ੍ਹਾਂ ਫੇਲ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਵਾਰ ਪੰਚਾਇਤ ਚੋਣਾਂ ਦੇ ਵਿੱਚ ਧੱਜੀਆਂ ਉਡਾਈਆਂ ਗਈਆਂ ਨੇ। ਇਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਪਿਛਲੇ 70 ਸਾਲਾਂ ਦੇ ਵਿੱਚੋਂ ਇਹੋ ਜਿਹੀਆਂ ਧਾਂਦਲੀਆਂ ਨਹੀਂ ਦੇਖੀ ਹੋਵੇਗੀ। ਕਿੱਥੇ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਗਏ ਨੇ, ਲੋਕਾਂ ਨੂੰ ਡਰਾਇਆ ਧਮਕਾਇਆ ਵੀ ਗਿਆ ਹੈ ਅਤੇ ਅਗਵਾ ਕਰਕੇ ਕਤਲ ਵੀ ਕੀਤੇ ਗਏ ਹਨ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਆਪਣੇ ਹਲਕੇ ਦੀ ਗੱਲ ਕਰਾਂ ਤਾਂ ਸਾਡੇ ਹਲਕੇ ਦੇ 15 ਅਕਾਲੀ ਦਲ ਦੇ ਪੰਚਾਇਤਾਂ ਦੇ ਕਾਗਜ਼ ਰੱਦ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਜੇ ਹਲਕਾ ਲੰਬੀ ਦੀ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਖੁਦ ਦਫ਼ਤਰ ਵਿੱਚ ਜਾ ਕੇ ਲੋਕਾਂ ਨੂੰ ਡਰਾ ਧਮਕਾ ਕੇ ਉੱਥੋਂ ਭਜਾਉਣ ਦੀ ਗੱਲ ਕਰ ਰਹੇ ਹਨ ਅਤੇ ਕਾਗਜ਼ ਤਾਂ ਰੱਦ ਹੋ ਹੀ ਜਾਣੇ ਹਨ। ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਜੇਕਰ ਇਸ ਤਰ੍ਹਾਂ ਦਾ ਹੀ ਢੌਂਗ ਰਚਾਉਣਾ ਸੀ ਤਾਂ ਤੁਸੀਂ ਆਪਣੇ ਹੀ ਚੇਤਿਆਂ ਨੂੰ ਘਰ ਬੈਠਿਆ ਨੋਮੀਨੇਟ ਕਰਕੇ ਸਰਪੰਚ ਬਣਾ ਲੈਣਾ ਸੀ। ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੀ ਨਿਕੰਮੀ ਸਰਕਾਰ ਨੇ ਪੰਜਾਬ ਉੱਪਰ ਹੋਰ ਕਰਜ਼ਾ ਚੜਾ ਦਿੱਤਾ ਹੈ। ਬਠਿੰਡਾ ਤੋਂ ਲਾਏ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਦੇਖੋ ਜੀ, ਇਹ ਭਗਵੰਤ ਮਾਨ ਆਮ ਆਦਮੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੈ। ਲੋਕਤੰਤਰ ਦੀ ਜਿਸ ਤਰੀਕੇ ਦੇ ਨਾਲ ਧੱਜੀਆਂ ਉਡਾਈਆਂ ਗਈਆਂ ਨੇ ਪੰਚਾਇਤੀ ਇਲੈਕਸ਼ਨਾਂ 'ਚ, ਸ਼ਾਇਦ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ 50 ਸਾਲ 'ਚ ਨਹੀਂ ਦੇਖਿਆ ਹੋਊਗਾ, ਜਿੱਥੇ ਮਾਸ ਸਕੇਲ 'ਚ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਗਏ ਨੇ, ਲੋਕਾਂ ਨੂੰ ਡਰਾਇਆ ਧਮਕਾਇਆ ਤਾਂ ਕੀਤਾ ਲੇਕਿਨ ਕਤਲ ਕਰਕੇ ਅਗਵਾ ਤੱਕ ਵੀ ਕੀਤਾ ਗਿਆ। ਹੁਣ ਮੈਂ ਜੇ ਆਪਣੇ ਹੀ ਹਲਕੇ ਦੀ ਮੈਂ ਗੱਲ ਕਰ ਲਾਂ, ਕੱਲ੍ਹ ਰਾਤ ਨੂੰ ਮੈਨੂੰ ਪਤਾ ਲੱਗਿਆ ਕਿ ਗਿੱਦੜਵੇ ਦੇ 15 ਪੰਚਾਇਤਾਂ 'ਚ ਜਿੱਥੇ ਅਕਾਲੀ ਦਲ ਦੇ ਬੰਦੇ ਖੜ੍ਹੇ ਸੀ, 15 ਦੇ 15 ਪਿੰਡਾਂ ਦੇ ਆਪਣੇ ਕੈਂਡੀਡੇਟਸ ਦੇ ਕਾਗਜ਼ ਰੱਦ ਹੋ ਗਏ। ਜੇ ਮੈਂ ਲੰਮੀ ਦੀ ਗੱਲ ਕਰਾਂ, ਕਦੇ ਸੁਣਿਆ ਕਿ ਮੰਤਰੀ ਸਾਹਿਬ ਜਾ ਕੇ ਨੋਮੀਨੇਸ਼ਨ ਸੈਂਟਰ ਵਿੱਚ ਜਾ ਕੇ ਲੋਕਾਂ ਨੂੰ ਡਰਾ ਧਮਕਾ ਕੇ ਉੱਥੋਂ ਭਜਾਉਣ? ਖੁੱਡੀਆਂ ਸਾਹਿਬ ਦੀ ਆਹ ਹਰਕਤ ਹੋਈ ਹੈ। ਭਾਵੇਂ ਕਤਲ ਹੋ ਰਹੇ ਨੇ, ਭਾਵੇਂ ਅਗਵਾ ਹੋ ਰਹੇ ਨੇ, ਕਾਗਜ਼ ਰੱਦ ਹੋ ਰਹੇ ਨੇ, ਤਾਂ ਫਿਰ ਤੁਸੀਂ ਇਹ ਲੋਕਤੰਤਰ ਦਾ ਢੋਂਗ ਕਰਦੇ ਕਿਉਂ? ਤੁਸੀਂ ਬੈਠੋ ਦਫ਼ਤਰ 'ਚ ਅਤੇ ਆਪਦੇ ਚਹਿਤਿਆਂ ਨੂੰ ਨੋਮੀਨੇਟ ਕਰ ਦਿਉ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਹਾਂ, ਅਤੇ ਇਹ ਜਿਹੜੇ ਆਮ ਆਦਮੀ ਤੋਂ ਲੜ ਰਹੇ ਨੇ, ਮੈਂ ਇਹਨਾਂ ਨੂੰ ਵੀ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੀ ਨਿਕੰਮੀ ਸਰਕਾਰ ਨੇ ਪੰਜਾਬ ਨੂੰ ਇੰਨਾ ਕਰਜ਼ਾਈ ਕਰਤਾ ਹੈਗਾ ਕਿ ਇਸ ਮਹੀਨੇ ਪਿਛਲੇ ਮਹੀਨਿਆਂ ਦੀ ਤਰ੍ਹਾਂ 1150 ਕਰੋੜ ਰੁਪਏ ਲੈ ਕੇ ਇਹਨਾਂ ਨੇ ਤਨਖਾਹਾਂ ਦਿੱਤੀਆਂ ਨੇ। 3 ਸਾਲਾਂ 'ਚ ਕਿਸੇ ਪਿੰਡ 'ਚ ਇੱਕ ਦਵਾਨੀ ਰੁਪਿਆ ਨਹੀਂ ਗਿਆ ਹੈਗਾ ਵਿਕਾਸ ਦਾ, ਇੱਕ ਇੱਟ ਨਹੀਂ ਲੱਗੀ ਪੰਜਾਬ ਦੇ ਕਿਸੇ ਕੋਨੇ 'ਚ। ਤੁਸੀਂ ਸਰਪੰਚੀਆਂ 'ਚ ਖਰਚਾ ਕਰਕੇ ਕਰਨਾ ਕੀ ਹੈਗਾ? ਇਸ ਸਰਕਾਰ ਤੋਂ ਆਸ ਨਾ ਰੱਖੋ। ਤਾਂ ਲੋਕਾਂ ਨੂੰ ਵੀ ਮੈਂ ਕਹਿੰਦੀ ਹਾਂ ਕਿ ਇਸ ਆਮ ਆਦਮੀ ਕੈਂਡੀਡੇਟਸ ਨੂੰ ਸਾਰਿਆਂ ਨੂੰ ਨਕਾਰੋ। ਇਹਨਾਂ ਨੇ ਝੂਠ ਮਾਰ ਕੇ ਜਿਵੇਂ ਤੁਹਾਨੂੰ ਹਜ਼ਾਰ ਹਜ਼ਾਰ ਦੇ ਸੁਪਨੇ ਦਿਖਾ ਕੇ, 2500 ਦੀ ਪੈਨਸ਼ਨ ਦਿਖਾ ਕੇ ਇਹ ਭਗਵੰਤ ਮਾਨ ਨੇ ਸਰਕਾਰ ਬਣਾਈ, ਹੁਣ ਇਹ ਝੂਠ ਮਾਰਦੇ ਫਿਰਦੇ ਨੇ, ਇਹਨਾਂ ਨੂੰ ਨਕਾਰਿਆ ਜਾਏ। 2.5 ਸਾਲ ਹੋ ਗਏ ਸਰਕਾਰ ਬਣੀ ਨੂੰ, ਅੱਜ ਤੱਕ ਜਿਹੜਾ ਕੋਈ ਦਿੱਤਾ ਤਾਂ ਕੁਛ ਨਹੀਂ ਗਿਆ, ਹੁਣ ਫਿਰ ਕਰਜ਼ਾ ਲੈਣ ਨੂੰ ਤਿਆਰ ਹੋਏ ਬੈਠੀ ਸਰਕਾਰ? ਦੇਖੋ, ਆਪਾਂ ਨੇ ਕਾਂਗਰਸ ਸਰਕਾਰ ਦੇ ਵੇਲੇ ਆਪਾਂ ਦੇਖਿਆ ਕਿ 5 ਸਾਲਾਂ 'ਚ ਉਹਨਾਂ ਨੇ 1 ਲੱਖ ਕਰੋੜ ਦਾ ਕਰਜ਼ਾ ਚਾੜਤਾ। ਅੱਜ ਮੈਂ ਸੰਗਤ ਵਿੱਚ ਜਾਂ ਮੀਡੀਆ ਨੂੰ ਅਤੇ ਲੋਕਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ 5 ਸਾਲ 'ਚ ਜਿਹੜਾ ਕੈਪਟਨ 4.5 ਸਾਲ ਘਰੋਂ ਬਾਹਰ ਨਹੀਂ ਨਿਕਲਿਆ, ਜਿਹੜਾ ਚੰਨੀ ਗੱਲਾਂ ਮਾਰਦਾ ਸੀ, ਇਹ ਸਾਰਿਆਂ ਨੂੰ ਲੈ ਕੇ ਇਹਨਾਂ ਨੇ 5 ਸਾਲਾਂ 'ਚ ਇੱਕ ਚੀਜ਼ ਦਿਖਾ ਦਿਉ ਪੰਜਾਬ 'ਚ, ਜਿਹੜਾ ਆਪਾਂ ਕਹਿ ਸਕਦੇ ਹਾਂ 1 ਲੱਖ ਕਰੋੜ ਦਾ ਕਰਜ਼ਾ ਲੈ ਕੇ ਇਹਨਾਂ ਦੀ ਆਹ ਦੇਣ ਸੀਗੀ ਪੰਜਾਬ ਨੂੰ। ਕੋਈ ਨਾ ਕੁਛ ਬਣਿਆ, ਨਾ ਕੋਈ ਸੜਕ ਤੱਕ ਨਹੀਂ ਬਣੀ, ਕੋਈ ਥਰਮਲ ਤੱਕ ਨਹੀਂ ਬਣਿਆ, ਅਤੇ ਇਹਨਾਂ ਨਿਕੰਮਿਆਂ ਨੇ ਤਾਂ ਹਦਾ ਪਾਰ ਕਰਤੀਆਂ, ਜਿੱਥੇ ਇਹਨਾਂ ਨੇ 2.5 ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਚਾੜਤਾ ਹੈਗਾ। ਇਹਨਾਂ 7 ਸਾਲਾਂ 'ਚ ਮੈਨੂੰ ਦੱਸੋ ਤਾਂ ਸਹੀ, 2 ਲੱਖ ਕਰੋੜ ਦਾ ਕਰਜ਼ਾ ਤੁਹਾਡੇ ਸਿਰੇ ਚੜ ਗਿਆ, ਤੁਹਾਡੇ ਬੱਚੇ ਬੇਰੁਜ਼ਗਾਰ ਫਿਰਦੇ ਨੇ, ਤੁਹਾਡੀ ਸਹੂਲਤਾਂ, ਤੁਹਾਡੇ ਕਾਰਡ ਹੋਣ, ਤੁਹਾਡੇ ਸ਼ਗਨ ਹੋਣ, ਸਭ ਸਹੂਲਤਾਂ ਖਤਮ ਕਰ ਦਿੱਤੀਆਂ ਨੇ। ਨਾ ਇੱਕ ਥਰਮਲ ਬਣਾਇਆ, ਨਾ ਇੱਕ ਸਕੂਲ, ਨਾ ਕੋਈ ਹਸਪਤਾਲ ਬਣਾਇਆ। ਇਹ 2 ਲੱਖ ਕਰੋੜ ਦੇ ਨਾਲ ਤੁਹਾਨੂੰ ਕੀ ਮਿਲਿਆ? ਇਕੱਲੇ ਇਹਨਾਂ ਨੇ ਪੈਸੇ ਨੂੰ ਲੁੱਟਿਆ ਹੈਗਾ। ਅਕਾਲੀ ਦਲ ਨੂੰ ਦੋਵਾਂ ਨੇ ਭੰਡ ਕੇ ਸਰਕਾਰਾਂ ਬਣਾਈ, ਜਿਹੜੀ ਅਕਾਲੀ ਦਲ ਨੇ ਇਸ ਹੀ ਖਜ਼ਾਨੇ ਵਿੱਚੋਂ, ਭਾਵੇਂ ਥਰਮਲ ਦੇ ਪਲਾਂਟ ਆ ਤੁਹਾਡੇ ਘਰ 'ਚ ਜੇ ਪੱਖਾ ਚੱਲਦਾ ਹੈ ਨਾ, ਇਹ ਅਕਾਲੀ ਦਲ ਦੇ ਥਰਮਲ ਪਲਾਂਟਾਂ ਦੀ ਦੇਣ ਹੈ, ਜਿਹੜੇ ਕਹਿੰਦੇ ਸੀ ਇਹਨਾਂ ਦੇ ਆਪਾਂ ਰੱਦ ਕਰਾਂਗੇ ਕਿਉਂਕਿ ਇਹਦੇ ਵਿੱਚ ਪੈਸੇ ਕਮਾਏ ਨੇ। ਪੈਸੇ ਕੀ ਕਮਾਏ? ਪੰਜਾਬ ਨੂੰ ਬਿਜਲੀ ਸਰਪਲਸ ਕੀਤਾ, ਸੜਕਾਂ ਦਾ ਜਾਲ ਬਣਾਇਆ, ਹਵਾਈ ਅੱਡੇ ਬਣਾਏ, ਆਟੇ ਦਾਲ ਦੇ ਕਾਰਡ ਜਿਹੜਾ ਇਹਨਾਂ ਨੇ ਲੱਖਾਂ ਦੀ ਗਿਣਤੀ 'ਚ ਕੱਟੇ ਨੇ ਉਹ ਅਕਾਲੀ ਦਲ ਨੇ ਲੋਕਾਂ ਨੂੰ ਦਿੱਤੇ। ਪੈਨਸ਼ਨ ਮਿਲਦੀ ਸੀ, ਸ਼ਗਨ ਮਿਲਦੀ ਸੀ, ਕਈ ਸਹੂਲਤਾਂ, ਵਿਕਾਸ ਦੇ ਕੰਮ, ਹਰ ਪਿੰਡ 'ਚ ਤੁਸੀਂ ਜਾ ਕੇ ਦੇਖੋ ਜੇ ਕੁਛ ਬਣਿਆ, ਅਕਾਲੀ ਦਲ ਦੀ ਦੇਣ ਹੈ। ਸੋ ਅਫਸੋਸ ਹੁੰਦਾ ਹੈ ਕਿ ਇਹ ਇਕੱਲੇ ਲੁੱਟਣ 'ਚ ਲੱਗੇ ਹੋਏ ਅਤੇ ਲੁੱਟ ਲੁੱਟ ਕੇ ਆਪਦੀ ਕੁਰਸੀ ਦੀ ਖਾਤਰ ਆਹ ਹਾਲਾਤ ਪੈਦਾ ਕਰਦੇ ਨੇ ਕਿ ਅੱਜ ਸਾਡਾ ਮੁੱਖ ਮੰਤਰੀ ਨਾ ਤਾਂ ਆਪਦੇ ਮੰਤਰੀ ਬਣਾ ਸਕਦਾ, ਨਾ ਲਾ ਸਕਦਾ। ਹੁਕਮ ਦਿੱਲੀਓਂ ਚੱਲਦਾ ਹੈ,
चक्के जिन्हों मर्जी लाता ते जिन्हों मर्जी बनाता अज का मुख्यमंत्री आपका ओएसटी तक नहीं रख सकता। तो हैरानी की गल कि कल केजरीवाल ने दिल्ली च मीटिंग करता है, पंजाब के मंत्री दिल्ली बुलाए जाते हैं, केजरीवाल मीटिंग करता, मुख्यमंत्री का नामो निशान नहीं, आपका ओएसडी नहीं रख सकता, आपका डायरेक्टर कम्युनिकेशन नहीं रख सकता, हुण उहदे मंत्री भी दिल्ली च मीटिंग कर रहे हैं, तो किस हद तक दिल्ली का कंट्रोल चल रहा है? ये निकम्मा मुख्यमंत्री आपकी कुर्सी की खातिर, चल तेनों केजरीवाल नहीं सदा, तू घट तो घट किसानों की जिहड़ी अज सारे बेहाल होए पए ने, झोने की एक कमाई होंदी किसान दे कोल, और किसान बेहाल बैठा है क्योंकि मंडी से कोई खरीद नहीं हो रही, कोई लिफ्टिंग नहीं हो रही। मुख्यमंत्री ने कोई किसानों के नाल मीटिंग की? कोई आड़तिया दे नाल मीटिंग की? जिहड़ा उहदा फर्ज बनता वह तो कर नहीं रहा, जब समा सी वह करांदा तो हरियाणा जाके केजरीवाल की पार्टी नूं चमकाउण वास्ते पंजाब दे पैसे उत्थे उड़ा रहा सी, ते अज किसान बेहाल है, ते जब सवाल उठ रहे ने ते ना किसान नूं मिलदा, आड़तिया नूं जिन्हां नूं मिलना हुंदा है, हुण साढ़े रविंदर चीमा साहब हैगे आड़तिया दे हैड, उहनां नूं घर 'च बंद करता क्योंकि उन्होंने मुख्यमंत्री की मीटिंग में जाके सवाल उठने से, तो सवालों का जवाब मुख्यमंत्री कोल नहीं। सो पंजाब नूं अज करज़ाई कर छड़िया, कानून व्यवस्था का जो हाल है कि गैंगस्टरा का राज चल रहा है, जाके लोकता खोआ बंदा अपने घर से सुरक्षित नहीं है, आपके दुकान से सुरक्षित नहीं है, भावें डॉक्टर होए, भावें वकील होए, दुकानदार होए, इंडस्ट्रियलिस्ट होए, सारिया नूं फरौतियां ते धमकी आ रही ने, लोग पंजाब छड़ छड़ बाहर भज रहे हैं, ये पंजाब का हाल, ये जिम्मेवार ये सरकार है, तो वो लोग जिन्होंने इन सरकारों वोट पा के केजरीवाल घोटाले घिरिया भ्रष्टाचार कट्टर बेईमान ते भ्रष्ट सरकार, जिदा मुख्यमंत्री जेल कट के आया होए, जिदा सेहत मंत्री जेल च बंद होए, जिदा सेहत मंत्री जेल च बंद होए, तो जिहड़े कहिंदे सी स्कूल हस्पताल बनाना चाहते हैं, तो वह तो थोड़ा पता ही लग गया कि हाल है, ये तो उन्हों का भ्रष्टाचार सेगा। जब इतने पंजाब का भ्रिष्टाचार शुरू होगा तो कल दी आप गल करिए कि इन्हों का एम पी लुधियाने का वो उत्ते जिमें ई डी की रेड हुई है, तो मनी लॉन्ड्रिंग के केस से वो रेड हो रही है, आप सारे जानते हैं सारे एम पी 50-50 करोड़ रुपए दे के बने से, तो किन्ने करोड़ कमा रहे हैं इन्हों की मंत्रियों की, तो मैं फिरारी सरारी की तो मैं की गल करा, इन्हों का जो चिट्ठा खुलूगा ना पंजाब के लोग हैरान रह जाएंगे कि खजाने इन्होंने किमें खाली किया, कर्जा चढ़ाया, ये आने वाले दिनों जो अकाली दल की सरकार हो। लेकिन मैं आ जरूर कह सकती हाँ, जेड़े अफसर ने भ्रिष्टाचार किया, जेड़े इन एम एल ए ते मंत्री एम पी भ्रिष्टाचार कर रहे हैं, ये भावें भगवंत मान की तरह विदेश भी भज जाए, घसीट के इन्हों वापस ला के इन जेबा तो कढ़वा के पंजाब के पैसे पंजाबियों के उत्ते लगवाऊगी अकाली दल, जिस दिन सरकार आई अकाली दल ते या कांग्रेस दी सरकारां ही धक्का करदियां आईयां ने, लेकिन हुण साडे वर्करां नाल भी धक्का हो रहा, जिवें कल पट्टी दे विच घटना होई है कि एक नौजवान नूं गोली मार दित्ती गई है सरपंची दे उम्मीदवार। मैं तां आप कह रही हां कि इन्हां ने जिस तरह लोकतंत्र दा घाण कीता है, गोलियां मारियां, कतल होए, डरावे धमकावे, किस मास स्केल च कागज़ रद्द होए, ये चीज़ तां कदे देखण नूं नहीं मिली जिस तरीके दे नाल होईयां ने। मैनूं याद है कि अपने